ਭਾਰਤ 'ਚ ਅਜਿਹੇ ਕਈ ਮਾਮਲੇ ਦਰਜ ਹਨ ਜਿਨ੍ਹਾਂ 'ਚ ਪਾਕਿਸਤਾਨ ਤੋਂ ਭਟਕ ਕੇ ਹਿੰਦੁਸਤਾਨ 'ਚ ਕਈ ਜਵਾਨ, ਬੱਚੇ, ਬਜ਼ੁਰਗ, ਔਰਤਾਂ ਆਏ ਹੋਣਗੇ ਜਿਨ੍ਹਾਂ ਦੀ ਕਿਵੇਂ ਨਾ ਕਿਵੇਂ ਤਰ੍ਹਾਂ ਵਾਪਸੀ ਹੋ ਚੁੱਕੀ ਹੈ। ਇਸੇ ਤਰ੍ਹਾਂ ਦਾ ਇੱਕ ਹੋਰ ਬੱਚਾ ਬਜਰੰਗੀ ਬਾਈਜਾਨ ਦਾ ਇੰਤਜ਼ਾਰ ਕਰ ਰਿਹਾ। ਕਰੀਬ 7 ਮਹੀਨੇ ਪਹਿਲਾਂ ਫਿਰੋਜ਼ਪੁਰ ਦੇ ਨਜ਼ਦੀਕ ਹਿੰਦੁਸਤਾਨ ਪਾਕਿਸਤਾਨ ਦੇ ਹੁਸੈਨੇਵਾਲਾ ਬਾਰਡਰ ਤੋਂ ਪਾਕ ਫੋਰਸ ਨੂੰ ਮਿਲਿਆ ਸੀ। ਪਤਾ ਲੱਗਾ ਕਿ ਉਸ ਵਕਤ ਉਸ ਬੱਚੇ ਕੋਲ ਪਾਕਿਸਤਾਨ ਕਰੰਸੀ 20 ਰੁਪਏ ਵੀ ਬਰਾਮਦ ਹੋਈ ਹੈ। ਇਸ ਬੱਚੇ ਨੂੰ ਬਾਅਦ 'ਚ ਫਰੀਦਕੋਟ ਦੇ ਬਾਲ ਸੁਧਾਰ ਘਰ ਵਿੱਚ ਰੱਖਿਆ ਗਿਆ ਅਤੇ ਹੁਣ ਹਿੰਦੁਸਤਾਨ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੇ ਟਵੀਟ ਤੋਂ ਬਾਅਦ ਹੁਣ ਇਸ ਬੱਚੇ ਦੀ ਪਹਿਚਾਣ ਲਈ ਜ਼ਿਲ੍ਹਾ ਪ੍ਰਸ਼ਾਸਨ ਜੁਟ ਗਿਆ। ਡਿਪਟੀ ਕਮਿਸ਼ਨਰ ਸ਼੍ਰੀ ਰਾਜੀਵ ਪ੍ਰਾਸਰ ਨੇ ਵਿਸ਼ੇਸ਼ ਤੌਰ ਤੇ ਇਸ ਮਾਮਲੇ ਵਿੱਚ ਆਪਣਾ ਯੋਗਦਾਨ ਦਿੱਤਾ ਅਤੇ ਉਹਨਾਂ ਨੇ ਬਾਲ ਜੇਲ੍ਹ ਵਿੱਚ ਜਾ ਕੇ ਬੱਚੇ ਨਾਲ ਮੁਲਾਕਾਤ ਵੀ ਕੀਤੀ। ਬੱਚਾ ਕਿਸੇ ਕੋ ਅਭੀ ਆਇਡੈਂਟੀਫਾਈ ਨਹੀਂ ਕਰ ਸਕਤਾ, ਬੋਲ ਨਹੀਂ ਸਕਤਾ, ਸੁਣ ਨਹੀਂ ਸਕਤਾ। ਅਦਰਵਾਈਜ਼ ਹਮਾਰੇ ਫਰੀਦਕੋਟ ਮੇ ਇਹ ਲੜਕਾ ਤਕਰੀਬਨ 5ਵੇਂ ਮਹੀਨੇ ਯਹਾਂ ਆਇਆ ਥਾ ਔਰ ਪਾਸਪੋਰਟ ਐਕਟ ਕੇ ਤਹਿਤ ਇਸਕੇ ਉੱਪਰ ਕੇਸ ਵੀ ਰਜਿਸਟਰਡ ਹੁਆ ਹੈ। ਤੋ ਆਜ ਮੈਂ ਇਸਸੇ ਮਿਲਨੇ ਆਇਆ ਥਾ ਯਹਾਂ ਪਰ। ਅਭੀ ਵੀ ਹਮ ਕੋਸ਼ਿਸ਼ ਕਰ ਰਹੇ ਹੈ ਕਿ ਇਸਕੋ ਕਿਸੇ ਤਰੀਕੇ ਕੇ ਸਾਥ ਆਪਣੇ ਘਰ ਵਾਪਸ ਚਲੇ ਜਾਏ ਜਾਂ ਹਮੇ ਪਤਾ ਚਲੇ ਜਾਏ ਕੌਣ ਹੈ ਕੈਸਾ ਹੈ। ਲੇਕਿਨ ਕਿਉਂਕਿ ਇਹ ਬੋਲ ਨਹੀਂ ਸਕਤਾ, ਸੁਣ ਨਹੀਂ ਸਕਤਾ, ਤੋ ਹਮ ਕੋਸ਼ਿਸ਼ ਕਰ ਰਹੇ ਹਾਂ ਲੇਕਿਨ ਅਭੀ ਕਿਸੇ ਰਿਜ਼ਲਟ ਪਰ ਪਹੁੰਚੇ ਨਹੀਂ। ਸਰ ਕੁਛ ਪਤਾ ਲੱਗ ਰਿਹਾ ਹੈ ਕਿ ਨਾਮ ਕਿਆ ਹੈ, ਕੌਣ ਸੇ? ਇਸਨੇ ਕੋਸ਼ਿਸ਼ ਕਰਕੇ ਆਪਣਾ ਨਾਮ ਹਮਦ ਹੁਸੈਨ ਕਰਕੇ, ਅਹਿਮਦ ਜਾਂ ਹੁਸੈਨ ਕਰਕੇ ਆਪਣੇ ਆਪ ਕੋ ਆਇਡੈਂਟੀਫਾਈ ਕਰਵਾਇਆ ਹੈ, ਲੇਕਿਨ ਔਥੈਂਟੀਸਿਟੀ ਇਸਮੇ ਵੀ ਨਹੀਂ ਹੈ। ਫਰੀਦਕੋਟ ਤੋਂ ਜਗਤਾਰ ਦੁਸਾਂਝ, ਜੀਵੇ ਪੰਜਾਬ ਟੀਵੀ।